केंद्र सरकार वालों जो काले बिल पास किए हैं, पहला दिल्ली में जो रोस प्रदर्शन चल रहे हैं, उत्थे हर एक वर्ग कोई ना किसी तरीके पहुँच रहा है, कोई कारा आ रहा है, कोई जीपा आ रहा है, पर एक बजुर्ग जेडे साइकिल से पहुंचे। गलबात करते हैं बाबा जी, की नाम है, कितों आए हो? मेरा नाम दिलबाग सिंह है, मैं जिला तरन तारण तो पिंड पंजवाड़ तो हाँ। उम्र कितनी है तुम्हारी? उम्र ना तो मेरी 47 साल है, 2021 नूं मेरी 48 लग जानी है। ਤੁਸੀਂ ਸਾਈਕਲ ਤੇ ਪਹੁੰਚੇ ਹੋ, ਹਰ ਕੋਈ ਟਰਾਲੀਆਂ ਤੇ ਆ ਰਿਹਾ, ਕੋਈ ਜੀਪਾਂ ਕਾਰਾਂ ਤੇ ਆ ਰਿਹਾ, ਤੁਸੀਂ ਸਾਈਕਲ ਤੇ ਕਿਉਂ? ਅਸੀਂ ਜੇ ਕਿਸਾਨ ਨਾ ਤਾਂ ਅਸੀਂ ਨਾ ਤਾਂ ਮਜ਼ਦੂਰੀ ਕਰਦੇ ਹਾਂ, ਹੈਂ ਕਿਸਾਨ ਦੀ ਖੇਤੀ 'ਚ ਕੰਮ ਕਰਦੇ ਹਾਂ, ਜੇ ਸਾਡੇ ਕੰਮ ਨਾ ਤਾਂ ਹੱਕ ਨਾ ਰਹੇ ਤੇ ਨਾ ਤਾਂ ਅਸੀਂ ਇਹਨਾਂ ਨੂੰ ਕਿੱਥੋਂ ਲੱਭਣਾ ਵਾ। ਜਿਹੜਾ ਅਡਵਾਨੀ ਉਹਨਾਂ ਦੀ ਗੱਲ ਰਹਿ ਗਈ, ਗੱਲ ਛੱਡੇ, ਜਿਹੜਾ ਗੱਲ ਹੈ ਅਡਵਾਨੀ ਤੇ ਅਨਵਾਨੀ ਦੀ ਨਾ ਤਾਂ ਹੀ ਹੈ, ਮੋਦੀ ਨਾ ਤਾਂ ਜਿਹੜਾ ਮੋਦੀ ਹੁਣ ਤਾਂ ਲੁਗਿਆ ਹੀ ਫਿਰਦਾ ਵਾ, ਹੈਂ ਲੁਗਿਆ ਫਿਰਨ ਡਿਆ ਵਾ। ਜੇ ਇਹ ਮੋਦੀ ਸਾਡੇ ਸਾਹਮਣੇ ਗੱਲ ਕਰ ਲਏ, ਤੁਸੀਂ ਨਾ ਤਾਂ ਪਹਿਲਾਂ ਜਵਾਬ ਪੁੱਛੇ ਨਾ ਤਾਂ ਜੀ, ਜੇ ਅਸੀਂ ਇੱਥੇ ਨਾ ਤਾਂ ਜੀ ਆ ਗਏ ਨਾ ਤਾਂ ਜੀ, ਜੇ ਮੋਦੀ ਜੇ ਸਾਡੇ ਇਹ ਬਿਆਨ ਮੰਨ ਲਏ, ਅਡਵਾਨੀ ਹੋਣੀ ਮੰਨ ਲਏ। ਜਿਹੜੀ ਗੱਲ ਤੁਸੀਂ ਕਿੰਨੇ ਦਿਨਾਂ 'ਚ ਪਹੁੰਚੇ ਹੋ ਇੱਥੇ, ਕਿੰਨੇ ਕਿਲੋਮੀਟਰ ਹੈ ਜਿਹੜਾ ਤੁਹਾਡਾ? ਇਹ ਨਾ ਤਾਂ ਮੈਂ ਤਿੰਨਾਂ ਦਿਨਾਂ 'ਚ ਆਇਆ ਇਹਨਾਂ ਦੇ ਵਿੱਚੋਂ। ਠਹਿਰਾਓ ਕਿੰਨੇ ਕਰਦੇ ਸੀ ਦਿਨ 'ਚ? ਮੈਂ ਕਿਲੋ ਨਾ ਕਦੇ ਨਾ ਤਾਂ ਜੀ ਕਿਲੋ 100 ਨਾ ਤਾਂ ਕਿਲੋ ਜਦੋਂ ਚੱਲਿਆ ਵਾ, ਹੈਂ ਜਿੱਥੇ ਨਾ ਤਾਂ ਨੀਂਦ ਆਈ, ਘੰਟਾ ਸੌਂ ਗਿਆ, ਡੇਢ ਘੰਟਾ ਸੌਂ ਗਿਆ, ਤੇ ਫਿਰ ਨਾ ਤਾਂ ਜੀ ਆਪਣਾ ਚੱਲਣਾ ਸ਼ੁਰੂ ਕਰਤਾ। ਤੇ ਗੱਲ ਇਹ ਅਡਵਾਨੀ ਹੋਣਾ ਦੀ, ਥੋੜ੍ਹਾ ਜਿਹਾ ਜ਼ਬਾਨ 'ਚ ਨਾ ਤਾਂ ਫਰਕ ਪੈ ਚੱਲਿਆ ਇਹ ਨਾ ਤਾਂ ਜੀ, ਹੈਂ ਇਹ ਕਦੇ ਭੁੱਲ ਨਾ ਜਾਣ ਵੀ, ਇਹ ਕਦੇ ਭੁੱਲ ਨਾ ਜਾਣ ਵੀ, ਜੇ ਇਹਨਾਂ ਦੇ ਸਾਡੇ ਸੂਰਮੇ, ਸਾਡੇ ਕਿਸਾਨ, ਸਾਡੇ ਮਜ਼ਦੂਰ, ਹੈਂ ਇਹ ਸਾਰੇ ਇਹਨਾਂ ਦਾ ਇਕੱਠੇ ਇਹਨਾਂ ਦੇ ਸਾਰੇ ਇਹਨਾਂ ਦਾ ਜੀ, ਤੇ ਇਹਨੂੰ ਅਸੀਂ ਦੱਸ ਦਾਂਗੇ ਇਹਨਾਂ ਦਾ ਜੀ, ਅਸੀਂ ਦੱਸ ਦਾਂਗੇ ਇਹਨੂੰ ਅਡਵਾਨੀ ਤੇ ਅਡਵਾਨੀ ਤੇ ਮੋਦੀ, ਹੈਂ ਤੇ ਨਾ ਤਾਂ ਜੀ ਉਦਣ ਤੈਨੂੰ ਦੱਸਾਂਗੇ। ਆਹ ਥੋੜ੍ਹੀ ਜਿਹੀ ਸਭਾ ਲੰਘ ਲੈਣ ਦੇ, ਸਾਡਾ ਇਹਨਾਂ ਦਾ ਸ਼ਹੀਦੀ ਦਿਹਾੜਾ ਚੱਲਣ ਡਿਆ ਇਹਨਾਂ ਦਾ ਜੀ ਸਾਹਿਬਜ਼ਾਦਿਆਂ ਦਾ। ਤੁਹਾਨੂੰ ਆਉਣ 'ਚ ਮੁਸ਼ਕਿਲਾਂ ਦਾ ਕਿੰਨੀਆਂ ਕੁ ਮੁਸ਼ਕਿਲਾਂ ਆਈ ਜਾਂ ਕਿਸੇ ਤਰ੍ਹਾਂ ਮੁਸ਼ਕਿਲਾਂ ਕੋਈ ਨਹੀਂ ਆਈਆਂ ਵੀ, ਮੁਸ਼ਕਿਲਾਂ ਉਦਣ ਦੱਸਾਂਗੇ ਜਿੱਦਣ ਇਹਨਾਂ ਦਾ ਪੈਣੀਆਂ ਹੈ। ਅਜੇ ਮੁਸ਼ਕਿਲਾਂ ਕੋਈ ਨਹੀਂ ਆਈਆਂ ਵੀ, ਅਜੇ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ ਵੀ ਕਿਸੇ ਇਹਨਾਂ ਦਾ ਚੈਨਲ 'ਤੇ, ਇਹਨਾਂ ਇਹ ਜਿਹੜਾ ਇਹਨਾਂ ਦਾ ਜੀ ਸਮਰਥ ਚੱਲ ਰਿਹਾ ਵਾ ਇਹਨਾਂ ਦਾ ਜੀ, ਜੋ ਵੀ ਅਸੀਂ ਗੱਲ ਉਦਣ ਕਰਾਂਗੇ ਇਹਨਾਂ ਜਿੱਦਣ ਜੇ ਸਾਡੇ ਨਾਲ ਦਾ ਜੀ ਆਹਮਣੋ ਸਾਹਮਣੇ ਜੇ ਗੱਲ ਕਰ ਲਏ ਤਾਂ ਵੀ ਠੀਕ ਹੈ, ਜੇ ਆਹਮਣੋ ਸਾਹਮਣੇ ਗੱਲ ਕਰ ਲਏ ਤਾਂ ਵੀ ਠੀਕ ਹੈ, ਜੇ ਨਹੀਂ ਆਹਮਣੋ ਸਾਹਮਣੇ ਕਰਦਾ ਫਿਰ ਅਸੀਂ ਗੱਲ ਕਰਨਾ ਵੀ ਜਾਣਦੇ। ਤੁਹਾਡੇ ਮਨ 'ਚ ਕਿਵੇਂ ਆਇਆ ਵੀ ਤੁਸੀਂ ਸਾਈਕਲ 'ਤੇ ਜਾਣਾ, ਟਰਾਲੀਆਂ 'ਤੇ ਨਹੀਂ ਜਾਣਾ, ਪਿੰਡਾਂ 'ਚ ਟਰਾਲੀਆਂ ਭਰ ਭਰ ਕੇ ਆ ਰਹੀਆਂ? ਹਾਂਜੀ, ਤੁਹਾਡੇ ਮਨ 'ਚ ਕਿਵੇਂ ਆਇਆ ਤੁਸੀਂ ਸਾਈਕਲ 'ਤੇ ਜਾਣਾ, ਟਰਾਲੀਆਂ 'ਤੇ ਵੀ ਆ ਸਕਦੇ ਸੀ? ਆ ਸਕਦੇ ਹਾਂ ਅਸੀਂ, ਇਹਨਾਂ ਦਾ ਜੀ ਕਿਸਾਨ ਵੀਰ, ਇਹਨਾਂ ਦਾ ਮਜ਼ਦੂਰ, ਮੈਂ ਇਹਨਾਂ ਦਾ ਪਹਿਲਾਂ ਵੀ ਇਹਨਾਂ ਦਾ ਸਾਈਕਲ 'ਤੇ ਇਹਨਾਂ ਦਾ ਜਿੱਥੇ ਵੀ ਜਾਂਦਾ, ਇਹਨਾਂ ਦਾ ਜੀ ਕਿਸੇ ਇਹਨਾਂ ਦਾ ਧਾਰਮੁੱਖ 'ਤੇ ਜਾਂਦਾ ਵਾਂ, ਮੈਂ ਸਾਈਕਲ 'ਤੇ ਜਾਂਦਾ ਵਾਂ, ਅਤੇ ਇਹਨਾਂ ਦਾ ਮੇਰਾ ਵੀ ਮਨ ਦੀ ਜੀਵ ਇਹਨਾਂ ਦਾ ਉੱਠੀ, ਇਹਨਾਂ ਦਾ ਮੈਂ ਸਾਈਕਲ 'ਤੇ ਇਹਨਾਂ ਦਾ ਹੀ ਪਹੁੰਚਣਾ ਵਾ, ਇਹਨਾਂ ਦਾ ਹੀ ਉੱਥੋਂ ਤੱਕ ਕਿਸਾਨਾਂ ਲਈ ਧਰਨੇ ਦੇ ਵਿੱਚ ਸਾਈਕਲ 'ਤੇ ਹੀ ਜਾਣਾ ਵਾ। ਪਹਿਲਾਂ ਪੁਰਾਣੇ ਬਜ਼ੁਰਗ ਜਿਹੜੇ ਧਰਨੇ ਲਾ ਰੋਸ ਪ੍ਰਦਰਸ਼ਨ ਕਰਦੇ ਹੁੰਦੇ ਸੀ, ਹੁਣ ਨੌਜਵਾਨ ਪੀੜ੍ਹੀ ਅੱਗੇ ਆ ਗਈ ਹੈ, ਕੀ ਕਹਿਣਾ ਚਾਹੁੰਦੇ ਹੋ? ਨੌਵੀਂ ਪੀੜ੍ਹੀ ਨੂੰ ਤਾਂ ਵੀਰਾਂ ਨੂੰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵਾਂ, ਜੇ ਸਾਈਕਲਾਂ ਨਹੀਂ ਆ ਸਕਦੇ ਵੀ ਆਪਣੇ ਟਰਾਲੀਆਂ ਟਰੈਕਟਰ ਤਾਂ ਨਾ ਤਾਂ ਮੋਟਰਸਾਈਕਲ ਦੇ ਦਿੱਤੇ ਹੀ ਹੈ, ਮੋਟਰਸਾਈਕਲਾਂ 'ਤੇ ਆ ਹੀ ਸਕਦੇ ਆ, ਉਹਨਾਂ 'ਤੇ ਆ ਸਕਦੇ ਉਹਨਾਂ ਇਹਨਾਂ 'ਤੇ ਗੱਡੀਆਂ ਮੋਟਰਾਂ ਸਾਈਕਲਾਂ 'ਤੇ ਦਿੱਤੀਆਂ ਇਹਨਾਂ ਦਾ ਜੀ, ਇਹ ਗਰੀਬ ਨੂੰ ਇਹਨਾਂ 'ਤੇ ਸਾਈਕਲ ਹੈਗਾ ਵਾ, ਸਾਈਕਲ ਤਾਂ ਹੈਗਾ ਇਹਨਾਂ ਦਾ ਜੀ, ਮੋਟਰਸਾਈਕਲ ਗੱਡੀਆਂ 'ਤੇ ਆ ਸਕਦੇ ਆ। ਤੁਸੀਂ ਸਾਈਕਲ 'ਤੇ ਪਹੁੰਚੇ, ਪੰਜਾਬੀਆਂ ਨੂੰ ਨਸ਼ੇੜੀ ਤੱਕ ਵੀ ਕਿਹਾ ਜਾਂਦਾ ਹੈ, ਕੀ ਕਹਿਣਾ ਚਾਹੁੰਦੇ? ਇਹ ਨਸ਼ੇੜੀ ਨਾ ਕੋਈ ਸਮਝੇ ਵੀ, ਨਸ਼ੇੜੀ ਨਾ ਕੋਈ ਸਮਝੇ ਵੀ, ਇਹ ਇਹਨਾਂ ਦਾ ਸਰਕਾਰ ਦੀ ਗਲਤ ਫਹਿਮੀ ਹੋਊਗੀ, ਇਹ ਜਿਹੜੀ ਸਰਕਾਰ ਦੀ ਨਾ ਤਾਂ ਜੀ ਇਹ ਸਰਕਾਰ ਹੀ ਕਹਿੰਦੀ ਨਸ਼ੇੜੀ ਹੈ, ਉਹ ਉੱਪਰ ਵਾਲੇ ਹੀ ਕਹਿੰਦੇ ਹਨ ਇਹਨਾਂ ਦਾ ਜੀ, ਉਹ ਸਰਕਾਰ ਵਾਲੇ ਹੀ ਕਹਿੰਦੇ ਇਹਨਾਂ ਦਾ, ਉੱਪਰ ਵਾਲੀ ਸਰਕਾਰ ਹੀ ਕਹਿੰਦੀ ਨਸ਼ੇੜੀ ਹੈ, ਇਹ ਨਸ਼ੇੜੀ ਨਹੀਂ ਹੈਗੇ ਵੀ, ਇਹ ਨਸ਼ੇੜੀ ਨਹੀਂ ਹੈਗੇ ਵੀ, ਇੰਨੀ ਦੂਰ ਸਾਈਕਲ ਚਲਾ ਕੇ ਆ, ਹਾਂਜੀ ਇਹ ਨਸ਼ੇੜੀ ਨਹੀਂ ਹੈਗੇ ਵੀ, ਜੇ ਉਹਨਾਂ ਦੀ ਗਲਤ ਸੋਚ ਹੈਗੀ ਹੈ।
ਨਸ਼ੇੜੀ ਨਹੀਂ ਹੈਗੇ। ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਕੇਂਦਰ ਸਰਕਾਰ ਨੂੰ ਇਹੋ ਕਹਿਣਾ ਚਾਹੁੰਦਾ ਉਹਨਾਂ ਦਾ ਸੈਂਟਰ ਦੀ ਸਰਕਾਰ ਨੂੰ ਵੀ ਇਹਨਾਂ ਦਾ ਆਪਣਾ ਜਿਹੜਾ ਇਹਨਾਂ ਦਾ ਇਹ ਇਹਨਾਂ ਦਾ ਤਿੰਨ ਕਾਨੂੰਨ ਆ ਜਿਹੜੇ ਕਾਲੇ ਕਾਨੂੰਨ ਬਣਾਏ ਇਹਨੇ ਆਪਣੇ ਆਪ ਹੀ ਆਪਣੇ ਹੱਕ ਦੇ ਵਿੱਚ ਇਹਨਾਂ ਦਾ ਜਿਹੜੇ ਇਹਨਾਂ ਦਾ ਇਹ ਇਹਨਾਂ ਦਾ ਰੱਦ ਕਰਦੇ। ਇਹ ਸਨ ਜੋ ਸਾਈਕਲ ਤੇ ਜਿਹੜੇ ਦਿੱਲੀ ਪਹੁੰਚੇ, ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਕੇਂਦਰ ਸਰਕਾਰ ਵੱਲੋਂ ਜਿਹੜੇ ਬਿੱਲ ਪਾਸ ਕੀਤੇ ਆ ਉਹਨੂੰ ਵਾਪਸ ਲੈ ਲੈਣਾ ਚਾਹੀਦਾ। ਦੇਖਣਾ ਇਹ ਹੋਵੇਗਾ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਜਿਹੜੇ ਕਾਲੇ ਬਿੱਲ ਕਦੋਂ ਵਾਪਸ ਲੈ ਲੈਂਦੀ। ਲਿਬਰਟੀ ਵਾਲੀ ਸਿੰਘੂ ਬਾਰਡਰ ਤੋਂ ਸੋਨੂੰ ਖੇੜਾ ਦੀ ਰਿਪੋਰਟ।